दोस्तों कई बार जिंदगी दे विच हालात इन्ने ज़्यादा माड़े हो जाते हैं कि इंसान जड़ा कभी लखां दे विच खेड़दा है उहदा सारा धन खत्म हो जाता है तो उदू बाद उहदे ते कर्जा चढ़ जाता है बीमारियां पिछा नहीं छड़दियां तो हालात इदां दे औखे हो जाते हैं कि मिडल क्लास बहुत वधिया फैमिली च होण दे बावजूद भी बंदे नूं मदद दे लई अपील करनी पैंदी है। सो इदां दा ही केस साडे कोल अज फिर है वॉइस ऑफ एशियंस दे साडे दफ्तर दे विच। सो बेटा इहनां दा सीरीयसली उन्हों प्रॉब्लम हैगी है स्वीयर हैडेक होंदा है ते MRI कराने दे लई इस वेले पैसे नहीं है। सो प्लीज़ दसो कि की प्रॉब्लम है शुरू तो एंड तक ते की हालात सीगे पहले की हुण हैगे है ते क्यों की प्रॉब्लम आई प्लीज़। ਸਤਿਕਾਰ ਸਾਰਿਆਂ ਨੂੰ ਮੇਰੇ ਬ੍ਰਦਰ ਸਾਰੇ ਸਿਸਟਰਾਂ ਨੂੰ ਅਸੀਂ ਪਹਿਲਾਂ ਬਹੁਤ ਵਧੀਆ ਹੁੰਦੇ ਸੀ ਸਾਡਾ ਆਪਣਾ ਬਿਜ਼ਨਸ ਸੀਗਾ ਲੋਕਡਾਊਨ ਕਰਕੇ ਸਾਰਾ ਕੁਛ ਠੱਪ ਹੋ ਗਿਆ ਰੋਟੀ ਤੋਂ ਵੀ ਅਸੀਂ ਚੱਲ ਗਏ ਮੇਰੇ ਹਸਬੈਂਡ ਵੀ ਇੰਨੇ ਜ਼ਿਆਦਾ ਬਿਮਾਰ ਸੀਗੇ ਉਹਨਾਂ ਨੂੰ ਕਾਲਾ ਪੀਲੀਏ ਦੀ ਪ੍ਰੋਬਲਮ ਸੀਗੀ ਉਹਨਾਂ ਦਾ ਟ੍ਰੀਟਮੈਂਟ ਕਰਾਉਂਦੇ ਰਹੇ ਸਾਰੇ ਪੈਸੇ ਸਭ ਕੁਛ ਚੱਲ ਗਿਆ ਹੁਣ ਮੈਂ ਖੁਦ ਵੀ ਬਿਮਾਰ ਰਹਿੰਦੀ ਹਾਂ ਬੇਟਾ ਬਹੁਤ ਜ਼ਿਆਦਾ ਬਿਮਾਰ ਆ 4-5 ਮਹੀਨਿਆਂ ਤੋਂ ਉਹਨੂੰ ਹੈਡਕ ਦੀ ਇੰਨੀ ਜ਼ਿਆਦਾ ਪ੍ਰੋਬਲਮ ਹੋ ਰਹੀ ਹੈ ਜਿੱਥੇ ਕੋਈ ਕਹਿ ਰਿਹਾ ਅਸੀਂ ਲੈ ਕੇ ਜਾ ਰਹੇ ਹਾਂ ਮਗਰ 600 ਰੁਪਏ ਤੋਂ ਘੱਟ ਡਾਕਟਰ ਦੀ ਫੀਸ ਨਹੀਂ ਹੈਗੀ ਹੁਣ ਵੀ ਮੈਂ ਕੱਲ੍ਹ ਵੀ ਜਾ ਕੇ ਆਈ ਹਾਂ ਉਹਨਾਂ ਨੇ ਔਨ ਦੀ ਸਪੋਰਟ ਹੀ ਕਿਹਾ ਸੀਗਾ ਕਿ MRI ਕਰਵਾਓ ਮੇਰੇ ਕੋਲ ਪੈਸੇ ਨਾ ਹੋਣ ਕਰਕੇ ਮੇਰੇ ਕੋਲ ਕਰਾ ਨਹੀਂ ਸਕੀ ਮੈਂ ਅਤੇ ਮੇਰੇ ਬੇਟੇ ਦੀ ਇਸ ਟਾਈਮ ਹਾਲਤ ਬਹੁਤ ਹੀ ਜ਼ਿਆਦਾ ਖਰਾਬ ਹੈ ਕਿ ਉਹ ਡਿੱਗ ਰਿਹਾ ਆਪਣੇ ਆਪ ਨੂੰ ਸਾਂਭ ਨਹੀਂ ਪਾ ਰਿਹਾ ਇੰਨੀ ਅਸੀਂ ਮੈਡੀਸਨ ਵੀ ਦੇ ਰਹੇ ਹਾਂ ਕਿਉਂਕਿ ਉਹ ਬਿਲਕੁਲ ਠੀਕ ਨਹੀਂ ਹੋ ਰਿਹਾ ਹੈਗਾ। ਕਿੰਨੇ ਸਾਲ ਦਾ ਬੱਚਾ ਤੁਹਾਡਾ? ਉਹ 8 ਸਾਲ ਦਾ ਹੈਗਾ ਵਾ ਬਹੁਤ ਹੀ ਛੋਟਾ ਜਿਹਾ ਹੈਗਾ ਵਾ ਇੱਕੋ ਇੱਕ ਮੇਰਾ ਬੇਟਾ ਵਾ ਅੱਗੇ ਕੁਛ ਵੀ ਨਹੀਂ ਹੈਗਾ ਕਿਉਂਕਿ ਮੇਰੇ ਹਸਬੈਂਡ ਜਿੰਨਾ ਕੁ ਉਹਨਾਂ ਕੋਲ ਹੁੰਦਾ ਵਾ ਉਹ ਕੰਮ ਕਰਦੇ ਆ ਦਿਹਾੜੀਦਾਰ ਹੈਗੇ ਆ ਰੈਂਟ 'ਤੇ ਅਸੀਂ ਰਹਿੰਦੇ ਹਾਂ ਜਿੰਨਾ ਕੁ ਸਾਡੇ ਕੋਲ ਹੁੰਦਾ ਅਸੀਂ ਆਪਣੇ ਆਪ ਕਰਦੇ ਹਾਂ ਮਗਰ ਇਸ ਵਾਰੀ ਮੇਰੇ ਕੋਲ MRI ਲਈ ਪੈਸੇ ਬਿਲਕੁਲ ਹੀ ਨਹੀਂ ਹੈਗੇ ਅਤੇ ਕਿਰਪਾ ਕਰਕੇ ਮੇਰੀ ਸਾਰੇ ਬ੍ਰਦਰ ਸਿਸਟਰ ਸਾਰੇ ਮੇਰੀ ਹੈਲਪ ਕਰੋ ਅਤੇ ਮੇਰੇ ਬੇਟੇ ਨੂੰ ਠੀਕ ਕਰਨ ਵਿੱਚ ਮਦਦ ਕਰੋ। ਸੋ ਦੋਸਤੋ ਸਾਡੇ ਜਿਹੜੇ ਕੈਨੇਡਾ ਤੋਂ ਬਹੁਤ ਹੀ ਜ਼ਿਆਦਾ ਸਾਰਿਆਂ ਦੀ ਹੈਲਪ ਲਈ ਪੈਸੇ ਭੇਜਦੇ ਆ 1,000 ਰੁਪਏ ਉਹਨਾਂ ਦੇ ਵੱਲੋਂ ਅਸੀਂ ਇਹਨਾਂ ਨੂੰ ਪੇਂਟ ਕਰਦੇ ਹਾਂ ਅਤੇ ਤੁਹਾਨੂੰ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਜਿਹੜਾ ਵੀ ਇਸ ਵੀਡੀਓ ਨੂੰ ਦੇਖ ਰਿਹਾ ਇਹਨਾਂ ਦੀ ਕੁਛ ਨਾ ਕੁਛ ਮਦਦ ਜ਼ਰੂਰ ਕਰੋ ਤਾਂ ਕਿ ਹੁਣ MRI ਹੋ ਜਾਵੇ ਅਤੇ ਆਉਣ ਵਾਲੇ ਟਾਈਮ 'ਚ ਵੀ ਬੇਟੇ ਦਾ ਇਲਾਜ ਹੋ ਸਕੇ। ਸੋ ਇਹਨਾਂ ਦਾ ਅਕਾਊਂਟ ਨੰਬਰ ਤੁਸੀਂ ਸਾਡੇ ਵਟਸਐਪ ਨੰਬਰ 'ਤੇ ਸਾਡੇ ਤੋਂ ਮੰਗ ਸਕਦੇ ਹੋ ਤੁਹਾਨੂੰ ਅਸੀਂ ਭੇਜ ਦਾਂਗੇ ਅਤੇ ਜੇ ਕੋਈ ਡਾਇਰੈਕਟ ਹੀ MRI ਵਾਲਿਆਂ ਨੂੰ ਵੀ ਪੈਸੇ ਦੇਣਾ ਚਾਹੁੰਦਾ ਤਾਂ ਉੱਥੇ ਵੀ ਇਹ ਹੋਸਪਿਟਲ ਦਾ ਦੱਸ ਦੇਣਗੇ ਉੱਥੇ ਪੇ ਕਰਕੇ ਵੀ ਤੁਸੀਂ ਇਹਨਾਂ ਦਾ MRI ਅਤੇ ਇਲਾਜ ਦਾ ਜਿਹੜਾ ਹੈ ਸਪੋਂਸਰ ਕਰ ਸਕਦੇ ਹੋ ਅਤੇ ਜਿਹੜੇ ਲੋਕ ਬਿਲਕੁਲ ਕੋਈ ਹੈਲਪ ਨਹੀਂ ਕਰ ਸਕਦੇ ਉਹਨਾਂ ਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧੋ ਵੱਧ ਅੱਗੇ ਸ਼ੇਅਰ ਕਰਿਓ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਕਿ ਇਹਨਾਂ ਦੇ ਜਿਹੜੀ ਹੈ ਨੀਡਸ ਇਸ ਵੇਲੇ ਬੇਟੇ ਦੀ ਜਾਨ ਬਚਾਉਣ ਦੇ ਲਈ 8 ਸਾਲ ਦੇ ਬੇਟੇ ਦੀ ਅਤੇ ਉਹ ਪੂਰੀ ਹੋ ਸਕੇ ਅਤੇ ਕਿਸੇ ਨਾ ਕਿਸੇ ਢੰਗ ਨਾਲ ਉਹਦੀ ਮਦਦ ਹੋ ਸਕੇ। ਥੈਂਕ ਯੂ ਵੈਰੀ ਮੱਚ ਜੀ।